ਹਾਂਜੀ ਵੀਰ ਜੀ, ਜਨਰੇਟਰ ਲਿਆਂਦਾ ਸੀਗਾ ਘਰ, ਉਤਾਰ ਕੇ ਰੱਖ ਲਿਆ ਸੀਗਾ। ਦੇਖੋ ਮਸ਼ੀਨ ਉਤਾਰ ਰਹੀ ਆ, ਉਤਾਰਨ ਤੋਂ ਬਾਅਦ ਨਾ ਇਹਦੀ ਫਿਟਿੰਗ ਦਾ ਵੀ ਬਹੁਤ ਬੜਾ ਪ੍ਰੋਸੀਜਰ ਆ। ਜੇ ਆਪਾਂ ਇਹਦੀ ਚੰਗੀ ਫਿਟਿੰਗ ਕਰਾਂਗੇ ਫਿਰ ਹੀ ਇਹ ਵਧੀਆ ਤਰੀਕੇ ਨਾਲ ਚੱਲਦਾ। ਦੇਖੋ ਹੁਣ ਆ ਵੀਰ ਬੁਲਾ ਲਿਆ ਸੀਗਾ ਮਿਸਤਰੀ, ਸਾਡੇ ਪਿੰਡ ਦਾ ਹੀ ਮਿਸਤਰੀ ਆ, ਇਹ ਵਧੀਆ ਮਿਸਤਰੀ ਆ। ਦੇਖੋ ਵਧੀਆ ਇਹਦਾ ਸੁਭਾਅ, ਮੈਨੂੰ ਕਿਹਾ ਵੀ ਮੇਰਾ ਇੰਨਾ ਕੁ ਕੰਮ ਜ਼ਰੂਰ ਕਰਕੇ ਜਾ। ਇਹਦੀ ਫੀਟਿੰਗ ਦੇ ਵਿੱਚ ਨਾ ਸਭ ਤੋਂ ਪਹਿਲਾ ਸਟੈਪ ਇਹੀ ਹੁੰਦਾ ਵੀ ਆਪਾਂ ਇਹਨੂੰ ਰੱਖਣਾ ਕਿੱਥੇ ਆ, ਉਹ ਜਗ੍ਹਾ ਆਪਣੀ ਪੱਕੀ ਜਗ੍ਹਾ ਹੋਵੇ ਅਤੇ ਥੋੜ੍ਹਾ ਜਿਹਾ ਉੱਚਾ ਹੋਵੇ, ਕਿਉਂਕਿ ਇਹਦੇ ਨਾਲ ਹੁਣ ਕਾਫੀ ਇਹਦੇ ਨਾਲ ਵਾਇਰਿੰਗਾਂ ਵੂਰਿੰਗਾਂ ਜੁੜਦੀਆਂ ਨੇ, ਫਿਰ ਆਪਣਾ ਪਾਣੀ ਪੂਣੀ ਵੀ ਇਹਨੂੰ ਨਾ ਲੱਗੇ। ਅਤੇ ਇਹ ਤਾਂ ਹੈ ਨਹੀਂ ਵੀ ਆਪਾਂ ਇਹਨੂੰ ਇੱਥੋਂ ਚੱਕ ਕੇ ਫਿਰ ਦੂਜੀ ਜਗ੍ਹਾ ਆਪ ਰੱਖ ਲਾਂਗੇ, ਕਿਉਂਕਿ ਹਾਈਡਰੇ ਦੀ ਜ਼ਰੂਰਤ ਪੈਂਦੀ ਆ ਵੀਰੇ। ਵੀਡੀਓ ਮੇਰੇ ਕੋਲ ਇਹ ਥੋੜ੍ਹਾ ਜਿਹਾ ਟਾਈਮ ਪਹਿਲਾਂ ਦੀਆਂ ਰਿਕਾਰਡ ਹੋਈਆਂ ਹੋਈਆਂ ਨੇ, ਵੈਸੇ ਮੈਨੂੰ ਚਲਾ ਲਿਆ ਇੱਕ ਸੀਜਨ, ਮੈਂ ਵੀ ਚਲੋ ਹੁਣ ਵੀਡੀਓ ਪਾ ਦਈਏ, ਸਾਰਾ ਕੁਛ ਆਪਾਂ ਵੀਰਾਂ ਨੂੰ ਦੱਸਾਂਗੇ। ਅਤੇ ਆ ਵੀ ਮੁੰਡਾ ਆਪਣੇ ਨਾਲ ਹੀ ਹੁੰਦਾ, ਘਰ ਦਾ ਹੀ ਮੁੰਡਾ, ਇਹ ਵੀ ਲੱਗਿਆ ਹੋਇਆ। ਰਲ ਮਿਲ ਕੇ ਕੰਮ ਹੁੰਦੇ ਨੇ ਵੀਰੇ ਸਾਰੇ ਇਹ। ਦੇਖੋ ਸਟੈਪ ਬਾਈ ਸਟੈਪ ਨਾ ਹੁਣ ਇਹ ਉਹਦਾ ਠੀਹਾ ਜਿਹਾ ਬਣਾ ਰਹੇ ਹਾਂ ਵੀ ਪੱਕੀ ਜਗ੍ਹਾ ਉੱਚਾ ਪਿਆ ਰਹੂਗਾ। ਕੱਲ੍ਹ ਨੂੰ ਆਪਾਂ ਉਹਦੇ ਵਿੱਚ ਜਿਵੇਂ ਡੀਜ਼ਲ ਵਗੈਰਾ ਪਾਉਣਾ ਜਾਂ ਕਿਤੇ ਉਹ ਸਰਵਿਸ ਕਰਨੀ, ਆਪਾਂ ਨੂੰ ਜ਼ਿਆਦਾ ਝੁਕਣਾ ਨਹੀਂ ਪੈਣਾ। ਇੱਕ ਜਿਵੇਂ ਜ਼ਿਆਦਾ ਦੇਖੋ ਸਬਜ਼ੀਆਂ ਵਾਲੀ ਜਗ੍ਹਾ ਵੀ ਜੇ ਪਾਣੀ ਪੂਣੀ ਵੀ ਜ਼ਿਆਦਾ ਆਉਂਦਾ ਫਿਰ ਵੀ ਥੋੜ੍ਹਾ ਜਿਹਾ ਜਾਣੀ ਸੇਫ ਰਹੂਗਾ, ਪਾਣੀ ਨਹੀਂ ਇਹਨੂੰ ਲੱਗੂਗਾ। ਪਹਿਲਾਂ ਤਾਂ ਮੈਨੂੰ ਇੱਦਾਂ ਸੀਗਾ ਵੀ ਇਕੱਲਾ ਜਨਰੇਟਰ ਦੇ ਪੈਸੇ ਲੱਗਣੇ ਆ, ਪਰ ਚੀਜ਼ ਦੀ ਦੇਖੋ ਜਿੰਨੀ ਕੀਮਤ ਆ ਨਾ, ਕਈ ਵਾਰ ਉਹਦੀ ਫਿਟਿੰਗ ਆ ਜਿਹੜੀ, ਜਿਵੇਂ ਹੁਣ ਆਪਾਂ ਏਸੀ ਲੈਂਦੇ ਹਾਂ, ਏਸੀ ਦੀ ਫਿਟਿੰਗ ਦੇਖੋ ਚੰਗੀ ਤਰ੍ਹਾਂ ਕਰਨੀ ਪੈਂਦੀ ਆ, ਉੱਦਾਂ ਹੀ ਹਰੇਕ ਚੀਜ਼ ਦੀ ਫਿਟਿੰਗ ਵੀ ਇੱਕ ਮੈਟਰ ਰੱਖਦੀ ਉਹਦੀ ਸਰਵਿਸ ਦੇ ਉੱਪਰ। ਮੇਰਾ ਵੀਡੀਓ ਪਾਉਣ ਦਾ ਮਕਸਦ ਇਹੀ ਆ ਵੀ ਚਲੋ ਜੇ ਕੋਈ ਬਾਈ ਦਾ ਮਨ ਬਣਦਾ ਨਾ ਤਾਂ ਉਹਨੂੰ ਸਾਰਾ ਕੁਛ ਜਾਣੀ ਦੱਸਿਆ ਜਾਵੇ ਤਰੀਕੇ ਨਾਲ, ਉਹ ਵੀ ਆਪਦੇ ਘਰ ਸਹੂਲਤ ਬਣਾ ਸਕਦਾ। ਕਈ ਵਾਰ ਕੀ ਹੁੰਦਾ ਵੀ ਕਈ ਵਾਰ ਬੰਦੇ ਕਹਿੰਦੇ ਨੇ ਇੱਥੇ ਧਰ ਦੇ ਯਾਰ ਹੇਠਾਂ, ਕੱਲ੍ਹ ਨੂੰ ਉਹਦੇ ਵਿੱਚ ਫਿਰ ਕੁਆੜ ਕਬੂੜ ਪਈ ਜਾਂਦਾ, ਕੱਖ ਖੋਈ ਜਾਂਦੇ ਆ। ਜਾਣੀ ਸਾਂਭ ਸੰਭਾਲ ਆਪਣੇ ਹੱਥ 'ਚ ਆ ਵੀਰੇ, ਜਿੰਨਾ ਤੁਸੀਂ ਵਧੀਆ ਕਰ ਸਕਦੇ ਹੋ ਉਨਾ ਚੀਜ਼ ਦੀ ਲਾਈਫ ਅਤੇ ਸਰਵਿਸ ਜ਼ਿਆਦਾ ਮਿਲਦੀ ਆਪਾਂ ਨੂੰ। ਦੇਖੋ ਹੁਣ ਆਪਣਾ ਇਹ ਠੀਕ ਹੈ ਨਾ, ਕਾਫੀ ਹੱਦ ਤੱਕ ਵਧੀਆ ਬਣ ਗਿਆ। ਹੁਣ ਇਹਨੂੰ ਪਲੱਸ ਵਗੈਰਾ ਵੀ ਰਹੇ ਨੇ, ਕੋਰਾਂ ਵਧੀਆ ਆ ਰਹੇ ਨੇ ਵੀ ਫਿਰ ਆਪਾਂ ਨੂੰ ਦੁਬਾਰੇ ਇਹਨੂੰ ਹੱਥ ਲਾਉਣ ਦੀ ਲੋੜ ਨਾ ਪਵੇ। ਜਿਹੜਾ ਕੰਮ ਆਪਾਂ ਹੁਣ ਇੱਕ ਵਾਰੀ ਕਰ ਦਾਂਗੇ ਫਿਰ ਆਪਾਂ ਨੂੰ 15-20 ਸਾਲ ਲੋੜ ਨਹੀਂ ਹੈ। ਦੇਖੋ ਇਹ ਤਰੀਕ ਵੀ ਲਿਖਤੀ ਸੀਗੀ ਵੀਰ ਨੇ, ਕਹਿੰਦਾ ਵੀ ਯਾਦ ਰਹਿ ਜਾਂਦਾ ਵੀ ਆਪਾਂ ਨੇ ਇਹ ਕਦੋਂ ਕੁ ਕੰਮ ਕੀਤਾ ਸੀਗਾ। ਅੱਜ ਤੋਂ 10 ਸਾਲਾਂ ਨੂੰ 15 ਸਾਲਾਂ ਨੂੰ ਆਪਾਂ ਪੁਰਾਣੀਆਂ ਚੀਜ਼ਾਂ ਦੇਖਦੇ ਹੁੰਦੇ ਹਾਂ ਕੱਢ ਕੇ ਫੋਨਾਂ ਦੇ ਵਿੱਚੋਂ ਵੀ ਯਾਰ ਸਾਡਾ ਇੱਦਾਂ ਦਾ ਘਰ ਸੀ ਜਾਂ ਅਸੀਂ ਖੁਦ ਇੱਦਾਂ ਦੇ ਸੀ ਜਾਂ ਸਾਡੇ ਕੋਲ ਆਹ ਚੀਜ਼ਾਂ ਸੀ, ਅੱਜ ਪਰਮਾਤਮਾ ਨੇ ਸਾਨੂੰ ਕਿੱਥੇ ਪਹੁੰਚਾਤਾ। ਚਲੋ
ਮਿਹਰ ਆ ਪਰਮਾਤਮਾ ਦੀ, ਪਰਮਾਤਮਾ ਦੀ ਰਜਾ ਤੋਂ ਬਿਨਾਂ ਵੀਰੇ ਕੁਛ ਵੀ ਨਹੀਂ ਆਉਂਦਾ। ਹਰੇਕ ਬੰਦੇ ਨੂੰ ਦੇਖੋ ਘਰ ਕੋਈ ਚੀਜ਼ ਲਿਆਉਂਦਾ ਖੁਸ਼ੀ ਹੁੰਦੀ ਆ, ਚਾਹੇ ਛੋਟੀ ਚਾਹੇ ਵੱਡੀ ਚੀਜ਼ ਹੋਵੇ, ਖੁਸ਼ੀ ਹਰੇਕ ਨੂੰ ਹੁੰਦੀ ਆ। ਸਾਨੂੰ ਵੀ ਚਾਹ ਸੀ, ਕਿਉਂਕਿ ਗਰਮੀ ਦੇ ਵਿੱਚ ਜਦੋਂ ਮੇਰੀ ਗੁੜੀਆ ਸਕੂਲ ਤੋਂ ਆਉਂਦੀ ਸੀ, ਕਈ ਵਾਰ ਲਾਈਟ ਨਹੀਂ ਹੁੰਦੀ ਸੀ, ਔਖਾ ਲੱਗਦਾ ਸੀ ਵੀਰੇ। ਤਰੀਕ ਵੀਰ ਨੇ ਵਧੀਆ ਤਰੀਕੇ ਨਾਲ ਨਾ ਲਿਖਤੀ, ਹੱਥੇ ਦਾ ਬਾਈ ਦਾ ਖੜਾ ਬਹੁਤ ਵਧੀਆ ਕੰਮ ਦੇ ਵਿੱਚ ਨਾ, ਹੱਥੇ ਦਾ ਖੜਿਆ ਹੋਇਆ ਐਨ ਚੱਲਿਆ ਹੋਇਆ, ਦੇਖੋ ਸਾਫ਼ ਸੁਥਰੀ ਐਨ ਤਰੀਕ। ਮੈਨੂੰ ਤਾਂ ਇੱਦਾਂ ਸੀ ਮਹਾਂ ਚੱਲ ਛੋਟੀ ਜਿਹੀ ਲਿਖ ਦਿੰਦੇ ਹਾਂ ਸਾਈਡ ਜੀ 'ਤੇ, ਪਰ ਵੀਰ ਨੇ ਵਧੀਆ ਤਰੀਕੇ ਨਾਲ ਤਰੀਕ ਵਗੈਰਾ ਲਿਖਤੀ 2024। ਆ ਦੇਖੋ ਹੁਣ ਤਰੀਕ ਲਿਖਣ ਤੋਂ ਬਾਅਦ ਹੁਣ ਮੈਨੂੰ ਲੱਗਦਾ ਵੀ ਉੱਪਰੋਂ ਇੱਕ ਵਾਰੀ ਇਹਨੂੰ ਹੋਰ ਥੋੜ੍ਹੀ ਜਿਹੀ ਫਿਨਿਸ਼ਿੰਗ ਦੇਣਗੇ, ਅਤੇ ਉਹ ਤੋਂ ਬਾਅਦ ਫਿਰ ਇਹ ਵੀਰੇ ਘੱਟੋ ਘੱਟ ਆਪਣਾ ਵੀ 10 ਤੋਂ ਲੈ ਕੇ 15 ਦਿਨ ਆਪਾਂ ਇਹਨੂੰ ਸੁੱਕਣ ਲਈ ਛੱਡਾਂਗੇ। ਚੰਗੀ ਤਰ੍ਹਾਂ ਫਿਰ ਸੁੱਕ ਜੂਗਾ, ਫਿਰ ਹਾਈਡਰਾ ਬੁਲਾ ਕੇ ਇਹਦੇ ਉੱਪਰ ਆਪਾਂ ਫਿਰ ਹੀ ਜਨਰੇਟਰ ਨੂੰ ਰੱਖਾਂਗੇ। ਆ ਦੇਖੋ ਹੁਣ ਆਪਾਂ ਨੇ ਇਹਨੂੰ ਉੱਪਰੋਂ ਬਿਲਕੁਲ ਲੈਵਲ ਕਰਦੇ ਹਾਂ, ਕਿਉਂਕਿ ਜੇ ਲੈਵਲ ਉੱਪਰੋਂ ਵਧੀਆ ਤਰੀਕੇ ਨਾਲ ਹੋਇਆ ਹੋਊਗਾ ਤਾਂ ਪੱਧਰਾ ਪਿਆ ਰਹੂਗਾ, ਕਿਸੇ ਪਾਸਿਓਂ ਇਹ ਨਹੀਂ ਹੋਣਾ ਵੀ ਆਹ ਸਾਈਡ ਤੋਂ ਉਹ ਬੇਸ ਨਾਲ ਲੱਗਿਆ ਨਹੀਂ ਹੋਇਆ ਜਾਂ ਆਹ ਸਾਈਡ ਥੋੜ੍ਹਾ ਜਿਹਾ